ਸਾਰਿਆਂ ਨੇ ਹੱਥ ਜੋੜ ਕੇ ਪਿਆਰ ਭਾਈ ਸਤਿ ਸ਼੍ਰੀ ਅਕਾਲ। ਤੁਸੀਂ ਕਹਿੰਦੇ ਰਹਿੰਦੇ ਵੀ ਹੱਥ ਨਹੀਂ ਜੋੜਦਾ, ਸਤਿ ਸ਼੍ਰੀ ਅਕਾਲ ਬੁਲਾਉਣ ਲੱਗਿਆ, ਪਰ ਜਦੋਂ ਮੇਰੇ ਹੱਥ 'ਚ ਕੈਮਰਾ ਨਹੀਂ ਹੈਗਾ ਅੱਜ ਆਪਾਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਹਾਂ ਜੀ। ਅਤੇ ਸਵਾਗਤ ਹੈ ਜੀ ਤੁਹਾਡਾ ਅੱਜ ਮਾਨਤਲ ਵਾਲੀ ਢਾਬੇ ਦੇ ਉੱਤੇ। ਅੱਜ ਆਪਾਂ ਤੁਹਾਨੂੰ ਪੈਨਕੇਕ ਬਣਾ ਕੇ ਦਿਖਾਵਾਂਗੇ। ਮੈਂ ਪਹਿਲੀ ਵਾਰ ਪੈਨਕੇਕ ਬਣਾਉਣ ਜਾ ਰਿਹਾ। ਪਹਿਲਾਂ ਮੈਂ ਆਪਣੇ ਚੈਨਲ ਦੇ ਉੱਤੇ ਪਹਿਲੀ ਵਾਰ ਰੋਟੀ ਬਣਾਈ ਸੀ, ਰੋਟੀ ਉਦੋਂ ਹੀ ਵਧੀਆ ਬਣੀ ਸੀ, ਉਸ ਤੋਂ ਬਾਅਦ ਮੈਂ ਇੱਕ ਦਿਨ ਫੇਰ ਬਣਾ ਕੇ ਦੇਖੀ, ਫੇਰ ਨਹੀਂ ਵਧੀਆ ਬਣੀ ਸੀ। ਅਤੇ ਵੈਸੇ ਵੀ ਮੈਨੂੰ ਕਦੇ ਲਾਈਕ ਆਪ ਰੋਟੀ ਬਣਾਉਣ ਦੀ ਅੱਜ ਤੱਕ ਲੋੜ ਨਹੀਂ ਪਈ ਹੈਗੀ। ਮੈਂ ਇੰਡੀਆ ਦੇ ਵਿੱਚ ਵੀ 3-4 ਸਟੇਟਾਂ ਦੇ ਵਿੱਚ ਕੰਮ ਕੀਤਾ ਵਾ, ਡਿਫਰੈਂਟ ਡਿਫਰੈਂਟ, ਤਾਮਿਲਨਾਡੂ, ਇੱਧਰ ਜੇ ਉਹ, ਆਂਧਰਾ ਦੇ ਵਿੱਚ। ਉੱਥੇ ਮੈਨੂੰ ਹਮੇਸ਼ਾ ਰੋਟੀ ਮਿਲੀ ਗਈ ਆ। ਕਦੇ ਮੇਰੀ ਕੋਈ ਫਰੈਂਡ ਦੀ ਸਿਸਟਰ ਹੁੰਦੀ ਸੀ, ਉਹ ਬਣਾ ਕੇ ਦੇ ਦਿੰਦੀ ਸੀ। ਉਰੇ ਮੈਂ ਕਨੇਡਾ ਆਇਆ ਤਾਂ ਮੈਂ ਭੂਆ ਜੀ ਕੋਲ ਰਿਹਾ, ਤਾਂ ਮੈਨੂੰ ਉੱਥੇ ਵੀ ਕਦੇ ਰੋਟੀ ਬਣਾਉਣ ਦੀ ਲੋੜ ਨਹੀਂ ਪਈ ਹੈਗੀ। ਅਤੇ ਹੁਣ ਉਰੇ ਸ਼ਨ ਹੈਗੀ ਆ, ਸ਼ਨ ਰੋਟੀ ਬਣਾ ਦਿੰਦੀ ਆ। ਪਰ ਅੱਜ ਮੈਂ ਸੋਚਿਆ ਵੀ ਕਿਉਂ ਨਾ ਆਪਾਂ ਸ਼ਨ ਨੂੰ ਪੈਨਕੇਕ ਬਣਾ ਕੇ ਖਿਲਾਈਏ। ਅਤੇ ਇਹਦਾ ਇੱਕ ਇਹ ਵੀ ਕਾਰਨ ਆ ਵੀ ਅੰਗਦ ਜਿਵੇਂ ਹੁਣ ਰਾਤ ਨੂੰ ਕਾਫੀ ਘੱਟ ਹੁੰਦਾ, ਉਹ ਦਿਨੇ ਹੁਣ ਦਿਨੇ ਸਾਰਾ ਦਿਨ ਸੁੱਤਾ ਰਹੂਗਾ, ਰਾਤ ਨੂੰ ਉੱਠ ਖੜਦਾ ਵਾ, ਇਸ ਕਰਕੇ ਸ਼ਨ ਦੀ ਵੀ ਕਈ ਵਾਰ ਨੀਂਦ ਨਹੀਂ ਪੂਰੀ ਹੁੰਦੀ। ਫਿਰ ਅੱਧਾ ਟਾਈਮ ਮੈਂ ਚੱਕਦਾ ਵਾ ਹੁਣ ਸ਼ਨ ਅੰਗਦ ਕੋਲ ਹੀ ਆ। ਫਿਰ ਮੈਂ ਸੋਚਿਆ ਕਿਉਂ ਨਾ ਅੱਜ ਸ਼ਨ ਨੂੰ ਆਪਣੇ ਇੰਡੀਅਨ ਮਮ ਕੁਕਿੰਗ ਦੇ ਬੇਟੇ ਦੇ ਹੱਥਾਂ ਦੇ ਪੈਨਕੇਕ ਬਣਾ ਕੇ ਖਿਲਾਏ ਜਾਣ। ਸੋ ਜੀ ਆਪਾਂ ਆ ਜਾਓ, ਰੈਸਪੀ ਆਪਾਂ ਸ਼ੁਰੂ ਕਰਦੇ ਹਾਂ ਪੈਨਕੇਕ ਦੀ। ਗੱਲ ਹੈਗੀ ਆ ਇਹ ਤਾਂ ਵੀ ਆ ਯਾਰ, ਜਿਹੜੀ ਰੈਸਪੀ ਹੈ ਤਾਂ ਬਾਹਲੀ ਜ਼ਿਆਦਾ ਸੌਖੀ, ਇਹਦੇ ਵਿੱਚ ਕੁਛ ਨਹੀਂ ਹੈਗਾ। ਜਿਵੇਂ ਮੈਨੂੰ ਪਤਾ ਵੀ ਇਹਦੇ ਵਿੱਚ ਪਾਣੀ ਪਾਉਣਾ ਵਾ ਅਤੇ ਇੱਕ ਮਿਕਸਚਰ ਆ, ਉਹ ਪਾ ਕੇ ਬਸ ਪੈਨਕੇਕ ਤਿਆਰ ਹੋ ਜਾਣੇ ਚਾਹੀਦੇ ਆ। ਪਰ ਜਦੋਂ ਬਣਾਉਣ ਲੱਗੋ ਤਾਂ ਗੱਲ ਹੋਰ ਹੋ ਜਾਂਦੀ ਹੈ। ਇਹਦੇ ਵਿੱਚ ਛੁਣਛਣੇ ਦਾ ਵੀ ਪ੍ਰਯੋਗ ਕੀਤਾ ਜਾਊਗਾ ਅਤੇ ਇੱਕ ਆਹ ਬਰਤਨ ਹੋਊਗਾ। ਆਪਾਂ ਹੁਣ ਰੈਸਪੀ ਸ਼ੁਰੂ ਕਰਦੇ ਹਾਂ। ਸੋ ਜੀ ਜਦੋਂ ਮੈਂ ਪ੍ਰੋਟੀਨ ਔਡਰ ਕਰ ਰਿਹਾ ਸੀਗਾ ਤਾਂ ਮੈਂ ਮਾਈ ਪ੍ਰੋਟੀਨ ਦਾ ਆਹ ਵੀ ਦੇਖਿਆ, ਪ੍ਰੋਟੀਨ ਪੈਨਕੇਕ ਮਿਕਸ। ਅਤੇ ਜਿਵੇਂ ਕਹਿੰਦੇ ਆ ਵੀ 2 ਸਕੂਪ ਲਵੋ ਪ੍ਰੋਟੀਨ ਪੈਨਕੇਕ ਮਿਕਸ ਦੇ ਅਤੇ 1/4 ਕੱਪ ਆਫ ਵਾਟਰ ਲਓ। ਆਪਾਂ 4 ਸਕੂਪ ਲਵਾਂਗੇ ਅਤੇ ਉਸ ਹਿਸਾਬ ਨਾਲ ਅੱਧਾ ਕੱਪ ਪਾਣੀ ਦਾ ਲੈ ਲਾਂਗੇ। ਸੁਣੋ ਜੀ ਪਹਿਲਾ ਸਕੂਪ। ਹੁਣ ਕਮੈਂਟਾਂ ਦੇ ਵਿੱਚ ਦੱਸੋ ਵੀ ਕਿਵੇਂ ਦੇ ਬਣ ਕੇ ਤੁਹਾਨੂੰ ਲੱਗਦਾ ਮੈਂ ਬਣਾ ਸਕਦਾ। ਮੈਨੂੰ ਬੜੀ ਘੱਟ ਉਮੀਦ ਹੈ ਮੈਂ ਬਣਾ ਸਕਦਾ, ਪਰ ਕੋਸ਼ਿਸ਼ ਕਰਨੇ ਵਾਲੋ ਕਿ ਕਭੀ ਕਭੀ ਹਾਰ ਨਾ ਜਾਤੀ ਹੈ। ਹੈਗਾ ਜੀ ਆਪਣਾ 4th ਸਕੂਪ। ਹੁਣ ਸੋਚਿਆ ਜਾਵੇ ਸਿਸਟਮ ਤਾਂ ਬਹੁਤ ਸੌਖਾ ਵਾ, ਸਿੱਧਾ ਬਸ ਇਹਦੇ ਵਿੱਚ ਪਾਣੀ ਪਾ ਲੈਣਾ ਵਾ ਅਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਵਾ। ਸੋ ਜਿਹੜੇ ਮੇਰੇ ਚੈਨਲ ਦੇਖਦੇ ਉਹਨਾਂ ਨੂੰ ਤਾਂ ਪਤਾ ਹੀ ਹੈ ਵੀ ਮਾਈ ਪ੍ਰੋਟੀਨ ਦੇ ਪ੍ਰੋਡਕਟਸ ਵਗੈਰਾ ਆਰਡਰ ਕਰਦਾ ਰਹਿਣਾ ਵਾ। ਤਾਂ ਜਦੋਂ ਮੈਂ ਪ੍ਰੋਟੀਨ ਆਰਡਰ ਕਰ ਰਿਹਾ ਸੀਗਾ ਤਾਂ ਮੈਨੂੰ ਆਹ ਘੈਂਟ ਜਿਹੀ ਲੱਗੀ ਸੀਗੀ ਪ੍ਰੋਟੀਨ ਪੈਨਕੇਕ ਮਿਕਸ। ਬਾਕੀ ਇਹਨਾਂ ਦਾ ਡੋਸਾ ਵੀ ਆ ਜਾਂਦੇ, ਪ੍ਰੋਟੀਨ ਦੇ ਵਿੱਚ ਵੀ ਇੰਨੇ ਘੈਂਟ ਘੈਂਟ ਫਲੇਵਰ ਆ, ਜਿਵੇਂ ਮਸਾਲਾ ਚਾਏ ਹੋ ਗਿਆ, ਠੰਡਾਈ, ਕੁਲਫੀ, ਮੈਂਗੋ, ਬਹੁਤ ਡਿਫਰੈਂਟ ਡਿਫਰੈਂਟ ਫਲੇਵਰ ਨੇ ਅਤੇ ਉਹਨਾਂ 'ਚ ਕੁਛ ਫਲੇਵਰ ਕੈਨੇਡਾ ਦੇ ਵਿੱਚ ਅਵੇਲੇਬਲ ਨਹੀਂ ਹੈਗੇ। ਸੋ ਮੈਂ ਜਦੋਂ ਇੰਡੀਆ ਜਾਊਂਗਾ, ਐਕਟੀ ਇੰਡੀਆ ਤੋਂ ਮੈਂ ਇਹ ਸਾਰੇ ਫਲੇਵਰ ਲੈ ਕੇ ਆਊਂਗਾ। ਅਤੇ ਇਸ ਤੋਂ ਇਲਾਵਾ ਪ੍ਰੋਟੀਨ ਦੇ ਬਹੁਤ ਹੀ ਜ਼ਿਆਦਾ ਡਿਫਰੈਂਟ ਡਿਫਰੈਂਟ ਤਰੀਕੇ ਦੇ ਸਨੈਕਸ ਇਹ ਬਣਾਉਂਦੇ ਆ। ਜਿਵੇਂ ਆਹ ਦੇਖੋ, ਮੈਂ ਕੀ ਸਨੈਕ ਬਾਕਸ ਆਰਡਰ ਕੀਤਾ ਸੀਗਾ, ਉਹਦੇ ਵਿੱਚ ਆਹ ਪ੍ਰੋਟੀਨ ਚਿਪਸ ਸੀਗੇ, ਡਿਫਰੈਂਟ ਡਿਫਰੈਂਟ ਤਰੀਕੇ ਦੀਆਂ ਬਾਰ ਸੀਗੀਆਂ, ਆਹ ਪ੍ਰੋਟੀਨ ਪਿੱਛੇ ਕੁਕੀ ਪਿਆ। ਪਰ ਮੈਨੂੰ ਜਿਹੜੀ ਚੀਜ਼ ਮੈਨੂੰ ਪਸੰਦ ਆਈ, ਤੁਸੀਂ ਜਿਹੜੀ ਟਰਾਈ ਕਰਕੇ ਦੇਖਿਓ, ਉਹ ਆਹ ਸੀਗੀ ਜੀ ਕ੍ਰਿਸਪੀ ਵਾਫਰ ਸੇ। ਮੈਨੂੰ ਬੜੇ ਸਵਾਦ ਲੱਗੇ, ਖਾ ਕੇ ਐਂ ਵੀ ਨਹੀਂ ਪਤਾ ਲੱਗਦਾ ਵੀ ਉਹ ਲਾਈਕ ਨੋਰਮਲ ਵਾਫਰ ਨਹੀਂ ਹੈਗੇ, ਇੰਨੇ ਜ਼ਿਆਦਾ ਸਵਾਦ, ਇੰਨੇ ਜ਼ਿਆਦਾ ਚੋਕਲੇਟੀ। ਇੱਦਾਂ ਬਿਨਾਂ ਜਿਹੜੀ ਇੱਕ ਆਹ ਸੀਗੀ ਇਹਨਾਂ ਦੀ ਮਾਈ ਪ੍ਰੋਟੀਨ ਨਟਸ ਬਾਰ ਲਿਖੀ ਹੋਈ ਆ, ਵਨੀਲਾ ਆਲਮੰਡ, ਇਹ ਵੀ ਬਹੁਤ ਜ਼ਿਆਦਾ ਸਵਾਦ ਲੱਗੀ। ਅਤੇ ਜੇ ਆਪਾਂ ਕੁਕੀਜ਼ ਦੀ ਗੱਲ ਕਰੀਏ, ਇਹਨਾਂ ਦੇ 2 ਸੀਗੇ, ਪੀਨਟ ਬਟਰ ਅਤੇ ਚੋਕਲੇਟ। ਮੈਨੂੰ ਚੋਕਲੇਟ ਵਾਲਾ ਜ਼ਿਆਦਾ ਸਵਾਦ ਲੱਗਿਆ। ਅਤੇ ਬਾਕੀ ਮਾਈ ਪ੍ਰੋਟੀਨ ਇੱਕ ਯੂਕੇ ਬੇਸਡ ਕੰਪਨੀ ਹੈ, ਇਹਨਾਂ ਦਾ ਲਾਈਕ ਕੋਈ ਮਿਡਲ ਮੈਨ ਨਹੀਂ ਹੈਗਾ। ਜਿਵੇਂ ਇੰਡੀਆ ਦੇ ਵਿੱਚ ਤੁਹਾਨੂੰ ਪਤਾ ਹੈ ਵੀ ਸਪਲੀਮੈਂਟ ਦੇ ਵਿੱਚ ਕਿੰਨਾ ਹੇਰਾ ਫੇਰੀ ਹੁੰਦੀ ਆ, ਕੁਛ ਹੋਰ ਹੀ ਕਈ ਵਾਰ ਆਟਾ ਹੀ ਪਾ ਦਿੰਦੇ ਆ ਪ੍ਰੋਟੀਨ ਦੇ ਵਿੱਚ। ਸੋ ਮਿਡਲ ਮੈਨ ਨਾ ਹੋਣ ਕਰਕੇ ਸਿੱਧਾ ਤੁਹਾਨੂੰ ਲਾਈਕ ਕੰਪਨੀ ਡਿਲੀਵਰੀ ਕਰਦੀ ਆ ਘਰੇ ਪ੍ਰੋਡਕਟ, ਤਾਂ ਲਾਈਕ ਹੇਰਾ ਫੇਰੀ ਦੇ ਚਾਂਸ ਆਲਮੋਸਟ ਨੈਗਲੀਜੀਬਲ ਹੀ ਰਹਿ ਜਾਂਦੇ ਆ। ਸੋ ਆਪਾਂ ਜੀ ਪਾਣੀ ਪਾਉਂਦੇ ਆ ਮਿਕਸਚਰ ਦੇ ਵਿੱਚ, 1/2 ਕੱਪ ਪਾ ਲਿਆ। ਵੈਸੇ ਮੈਨੂੰ ਪਾਣੀ ਘੱਟ ਲੱਗ ਰਿਹਾ ਵੀ ਕਹਿੰਦਾ ਹੀ ਪਾਈਦਾ ਹੁੰਦਾ, ਪਰ ਦੇਖੋ ਹੁਣ ਆਪਾਂ ਇਹਨੂੰ ਚੰਗੀ ਤਰੀਕੇ ਨਾਲ ਮਿਕਸ ਕਰਨਾ ਸ਼ੁਰੂ ਕਰ ਦਿੰਦੇ ਆ। ਮਤਲਬ ਇੰਨਾ ਥਿੱਕ ਵੀ ਨਹੀਂ ਲੱਗ ਰਿਹਾ, ਪਰ ਲਾਈਕ ਠੀਕ ਹੀ ਲੱਗ ਰਿਹਾ ਵਾ। ਹੁਣ ਪਹਿਲਾਂ ਮੈਨੂੰ ਲੱਗਿਆ ਸੀਗਾ ਵੀ ਪਾਣੀ ਸ਼ਾਇਦ ਘੱਟ ਆ, ਬਾਕੀ ਯਾਰ ਆਪਣੀ ਜਿਹੜੀ ਡਾਈਟ ਆ ਨਾ ਇੰਡੀਅਨ ਵਗੈਰਾ, ਇਹਦੇ ਵਿੱਚ ਪ੍ਰੋਟੀਨ ਘੱਟ ਹੁੰਦਾ ਵਾ। ਸੋ ਤਾਂ ਆਪਾਂ ਨੂੰ ਪ੍ਰੋਟੀਨ ਵਾਲੀਆਂ ਚੀਜ਼ਾਂ ਐਡ ਕਰ ਲੈਣੀ ਚਾਹੀਦੀਆਂ, ਸਪੈਸ਼ਲੀ ਜਿਹੜੇ ਵੈਜੀਟੇਰੀਅਨ ਹੁੰਦੇ ਆ। ਮੈਂ ਲਾਈਕ ਪ੍ਰੋਟੀਨ ਐਜ਼ ਅ ਸਪਲੀਮੈਂਟ, ਫਿਰ ਮੈਂ ਮਾਈ ਪ੍ਰੋਟੀਨ ਵਾਲਾ ਯੂਜ਼ ਕਰ ਲੈਂਦਾ ਵਾ ਜੋ ਲਗਾ ਕੇ। ਸਹੀ ਜੇ ਤੁਸੀਂ ਵੀ ਇਹਨਾਂ ਦੇ ਪ੍ਰੋਡਕਟ ਵਗੈਰਾ ਆਰਡਰ ਕਰਨੇ ਹੋਏ, ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਪਿਆ ਵਾ ਅਤੇ ਟੌਪ ਕਮੈਂਟ ਦੇ ਵਿੱਚ ਵੀ ਮੈਂ ਪਾ ਦੂੰਗਾ। ਅਤੇ ਜੇ ਤੁਸੀਂ ਕੂਪਨ ਕੋਡ ਯੂਜ਼ ਕਰੇਂਗੇ ਮਨਿੰਦਰ, ਤੁਹਾਨੂੰ ਮਿਲੂਗਾ 30% ਔਫ। ਸੋ ਇੱਕ ਵਾਰੀ ਜ਼ਰੂਰ ਇਹਨਾਂ ਦੇ ਪ੍ਰੋਡਕਟਸ ਚੈੱਕਆਊਟ ਕਰੀਏ। ਮੈਂ ਕਹਿੰਦਾ ਸ਼ਾਨੂੰ ਨੂੰ ਬੁਲਾ ਲਈਏ, ਉਹਨੂੰ ਪੁੱਛ ਲਈਏ ਵੀ ਇਹਦਾ ਵੀ ਪਤਲਾ ਹੈਗਾ ਕਿ ਨਹੀਂ। ਵੈਸੇ ਉਹਨੇ ਵੀ ਪੈਨਕੇਕ ਕਿੱਥੇ ਬਣਾਏ ਨੇ ਹੈਗੇ, ਬਣਾਏ ਨਹੀਂ, ਆਪਾਂ ਨੂੰ ਸੈਕਿੰਡ ਟਰਾਈ ਲੈ ਲੈਣੀ ਚਾਹੀਦੀ ਹੈ। ਸਹੀ ਗੱਲ ਹੈ, ਮੈਨੂੰ ਵੀ ਥੋੜ੍ਹਾ ਗਾੜਾ ਲੱਗਦਾ, ਬੇਕਿੰਗ ਬੇਕਿੰਗ ਮਾਸਟਰ ਆ ਗਏ, ਬੇਕਿੰਗ ਐਕਸਪਰਟ। ਮੈਨੂੰ ਬੇਕਿੰਗ ਦੇ ਵਿੱਚ ਬਹੁਤ ਇੰਟਰਸਟ ਆ ਰਿਹਾ, ਕੁਝ ਬਣਾਉਣਾ ਨਹੀਂ। ਚਾਹ ਦੇਖੇ ਚੰਨ, ਪਰ ਕੇਕ ਬਹੁਤ ਸਵਾਦ ਆ। ਠੀਕ ਆ, ਇਹ ਥੋੜਾ ਪਤਲਾ ਕਰਨ ਵਾਲਾ, ਪਰ ਇਹ ਨਹੀਂ ਇੰਨਾ ਵੀ ਠੀਕ ਆ, ਨਾਟ ਬੈਡ ਆ। ਥੋੜਾ ਜਿਹਾ ਪਤਲਾ ਕਰਨ ਦੀ ਲੋੜ ਨਹੀਂ ਚਾਹ, ਬਾਕੀ ਦੇਖ ਲਓ। ਥੋੜਾ ਮੈਨੂੰ ਲੱਗਦਾ ਵੀ ਪਤਲਾ ਕਰਨਾ, ਜਮਾ ਮਾੜਾ ਜਾ, ਜਮਾ ਹੀ ਮਾੜਾ ਜਾ, ਮਾਮੂਲੀ ਜਾ। ਹਾਂ,
ਯਾਦ ਨਹੀਂ ਤੁਹਾਨੂੰ ਕਿੰਨੇ ਖਾਧੇ ਸੀਗੇ? ਵੈਸੇ ਆਪਾਂ ਲਾਈਕ ਉਰੇ ਤਾਂ ਬਹੁਤ ਪੈਨ ਕੇ ਖਾਧੇ ਆ, ਏਐਨਡਬਲਿਊ ਦੇ ਵਿੱਚ ਵੀ ਹੁੰਦੇ ਆ, ਮੈਕਡੋਨਲਡ ਦੇ ਵਿੱਚ ਵੀ, ਬ੍ਰੇਕਫਾਸਟ ਦੇ ਵਿੱਚ, ਬਾਕੀ ਮੈਂ ਤੇ ਰਵੀ ਆ ਤਾਂ ਅਸੀਂ ਤਾਂ ਇੰਡੀਆ ਦੇ ਵਿੱਚ ਵੀ ਖਾਧੇ ਆ, ਪਰ ਅਸੀਂ 5ਵੀਂ 6ਵੀਂ ਹੁੰਦੇ ਹੋਵਾਂਗੇ ਉਦੋਂ। ਮੈਂ 6ਵੀਂ ਹੁੰਦਾ ਸੀ ਜਦੋਂ ਬਣਾਏ ਸੀਗੇ ਪਹਿਲੀ ਵਾਰ। ਭੂਆ ਜੀ ਲੈ ਕੇ ਆਉਂਦੇ ਹੁੰਦੇ ਸੀਗੇ ਕੈਨੇਡਾ ਤੋਂ, ਅਸੀਂ ਉਹ ਬਣਾ ਲੈਂਦੇ ਹੁੰਦੇ ਸੀ। ਸਾਨੂੰ ਤਾਂ ਉਹ ਖੀਰ ਪੂੜੇ ਵਾਂਗੂ ਲੱਗਦੇ ਹੁੰਦੇ ਸੀਗੇ, ਸਿਰਮ ਦੀ ਥਾਂ 'ਤੇ ਅਸੀਂ ਕਈ ਵਾਰ ਸ਼ਹਿਦ ਪਾ ਲੈਂਦੇ ਸੀਗੇ। ਤੂੰ ਬੜਾ ਜ਼ੋਰ ਲੱਗ ਗਿਆ ਲਾਉਣ, ਨਾਲੇ ਫੜਨ ਦਾ ਤਰੀਕਾ ਵੀ ਉਹਨੂੰ ਜਮਾ ਗਲਤ ਆ। ਇੱਕ ਡਾਇਰੈਕਸ਼ਨ ਦੇ ਵਿੱਚ ਘਮਾਉਣਾ ਹੈ ਨਾਲੇ। ਪਤਾ ਨਹੀਂ ਕਿਹੜੀ ਕਿਹੜੀ ਡਾਇਰੈਕਸ਼ਨ ਚ ਹੋ ਗਿਆ, ਤੇ ਵਨ ਡਾਇਰੈਕਸ਼ਨ ਥੋੜੀ ਆ। ਤੁਸੀਂ ਕੀ ਪੜ੍ਹਦੇ ਹੋ? ਮੈਂ ਬੇਬੀ ਬਾਰੇ ਪੜ੍ਹਦੀ ਹਾਂ। ਵੀ ਕਿਹੜੀ ਚੀਜ਼ ਦਾ ਕਿਤਾਬੇ ਮਹਾਤਸੀ ਪੜ੍ਹੀ ਹੋਗੀ ਤੂੰਨੇ, ਬੇਬੀ ਨੂੰ ਕਿਹੜੀ ਚੀਜ਼ ਦੇ ਰੱਖਤ ਪੇਪਰ ਨਾ ਮੈਂ ਨਹੀਂ ਪੜ੍ਹਾ ਮੇਰੀ ਜਾਨ ਜੀ, ਮੈਨੂੰ ਚਿਹਰੇ ਪੜ੍ਹਨੇ ਆਉਂਦੇ ਹੁੰਦੇ ਆ ਪਤਾ ਠੰਡਾ ਪਾਣੀ ਹੈਗਾ ਮਾਈਕ ਕੀਤੇ ਆ। ਕਾਫੀ ਦੇਰ ਹੋ ਗਈ ਵਲੌਗ ਦੇ ਵਿੱਚ ਮੈਂ ਚੁਟਕਲਾ ਨਹੀਂ ਸੁਣਾ ਹੈਗਾ, ਕੋਈ ਚੁਟਕਲਾ ਹੀ ਸੁਣਾ ਰਹੀ ਆ। ਚੁਟਕਲਾ ਹੈਗਾ ਤਾਂ ਹੈਗਾ, ਪਰ ਉਹ ਮੇਰੇ ਖਿਆਲ 'ਚ ਖਾਣੇ ਵਾਲੀ ਚੀਜ਼ ਨਾਲ ਰਿਲੇਟ ਨਹੀਂ ਕਰਦਾ ਹੈਗਾ। ਮੈਂ ਮੇਰੇ ਖਿਆਲ 'ਚ ਇੰਸਟਾਗ੍ਰਾਮ 'ਤੇ ਦੇਖਿਆ ਸੀਗਾ, ਇੱਕ ਮੁੰਡਾ ਭੱਜਿਆ ਆਉਂਦਾ, ਉਹਨੂੰ ਬਹੁਤ ਸਾਹ ਚੜਿਆ ਹੁੰਦਾ ਵਾ। ਉਹ ਆਉਂਦਾ ਆਪਣੇ ਦੋਸਤਾਂ ਕੋਲ, ਉਹ ਦੋਸਤ ਨੂੰ ਕਹਿੰਦਾ ਕਹਿੰਦਾ ਕੀ ਹੋ ਗਿਆ ਤੈਨੂੰ ਇੰਨਾ ਸਾਹ ਚੜਿਆ? ਕਹਿੰਦਾ ਮੇਰੇ ਪਿੱਛੇ ਸ਼ੇਰ ਪੈ ਗਿਆ ਸੀ, ਮੈਂ ਭੱਜ ਲਿਆ। ਉਹ ਕਹਿੰਦੇ ਫੇਰ, ਕਹਿੰਦਾ ਸ਼ੇਰ ਤਿਲਕ ਕੇ ਗਿਰ ਗਿਆ, ਮੈਂ ਭੱਜਦਾ ਗਿਆ, ਸ਼ੇਰ ਮੇਰੇ ਪਿੱਛੇ ਫੇਰ ਭੱਜ ਲਿਆ। ਉਹ ਕਹਿੰਦੇ ਫੇਰ, ਕਹਿੰਦਾ ਫੇਰ ਸ਼ੇਰ ਤਿਲਕ ਗਿਆ, ਫਿਰ ਉੱਠਿਆ, ਫਿਰ ਮੇਰੇ ਪਿੱਛੇ ਭੱਜ ਲਿਆ ਉਹ 3-4 ਵਾਰ ਤਿਲਕਦਾ ਸ਼ੇਰ। ਉਹ ਕਹਿੰਦੇ ਯਾਰ ਤੂੰ ਫਿਰ, ਕਹਿੰਦਾ ਮੈਂ ਭੱਜਿਆ ਆ ਉੱਥੋਂ ਵੀ ਜਦ ਆਖਰੀ ਵਾਰ ਤਿਲਕਿਆ ਉਹ, ਕਹਿੰਦਾ ਤੂੰ ਤਾਂ ਬੜਾ ਦਲੇਰ ਆ ਯਾਰ, ਕਹਿੰਦਾ ਮੇਰੀ ਤਾਂ ਟੱਟੀ ਨਿਕਲ ਜਾਣੀ ਸੀ। ਉਹ ਕਹਿੰਦਾ ਸ਼ੇਰ ਤਿਲਕਦਾ ਕਾਹਦੇ 'ਤੇ ਸੀ? ਕਹਿੰਦਾ ਸ਼ੇਰ ਤਿਲਕਦਾ ਕਾਹਦੇ ਸੀ? ਕਹਿੰਦਾ ਉਹ ਤਿਲਕਦਾ ਸੀ। ਓਏ ਬੱਬੀ ਤੂੰ ਮੇਰਾ ਕੀ ਜੱਬਾ ਟੁੱਟ ਖੜਿਆ। ਓਏ ਬੱਬੀ ਸਾਰੇ ਕਹਿੰਦੇ ਤਾਂ ਲਿਪਸ ਡਰਾਈ ਨੇ, ਅਸੀਂ ਹੁਣ ਵੈਸ ਨਹੀਂ ਲਾਉਣੇ ਹੁੰਦੇ ਹਾਂ ਇਹਦੇ ਲਿਪਸ, ਵੇਚੀ ਕਿਉਂ ਵੀ ਲਾਵਾਂਗੇ, ਹੈ ਨਾ? ਆਪਾਂ ਫਿਰ ਸਹੀ ਕਰ ਲੈਣੇ ਆ, ਹੈ ਨਾ ਬੁਕੀ? ਹਾਏ ਹਾਏ ਮੇਰਾ ਸੋਹਣਾ ਪੁੱਤ ਜੇਜੂ ਲਾਲ, ਹਾਏ ਹਾਏ ਗੱਲ ਲੱਤਾਂ ਲੱਤਾਂ ਫੁੱਟਬਾਲ ਕਿੱਦਾਂ ਕਰਨੀ ਆ? ਇਹਨੇ ਤਾਂ ਸੌਕਰ ਗੱਲ ਕਰਨਾ ਇੱਧਰ ਲੱਗੂ ਚਾਹੀਦਾ ਸੌਕਰ ਅੱਜ ਇਹਦੇ 'ਤੇ ਮੈਸੇਜ ਦੇਖੋ ਅੱਜ ਕੀ ਲਿਖਿਆ ਹੋਇਆ। ਹਾਂ ਅੱਜ ਫਿਰ ਅਲੱਗ ਮੈਸੇਜ ਆ ਲੋ ਜੀ, ਅੱਜ ਦਾ ਮੈਸੇਜ ਦੀਆਂ ਜਰਾਬਾਂ 'ਤੇ ਹੈਗਾ ਵਾ, ਖੜ ਜਾ। Don't make me cry. You wouldn't like it when I cry. But I love it when you cry. Aa ja pata tenu pancake khilawa ajj. Tu te mera pancake ka. Aaye meri gigi. Ha meri guddi. Ji nu enu bhukh lagi hai please idhar. Ta jada pancake bada rahe. Idhar mainu phada. I love you so much. Mainu phada. Tera main khana rakhna siga. Hun geje te apa settle ho gaye. Loi apa ਇਹਨੂੰ ਮੈਕਸ ਦੇ ਉੱਤੇ ਸੈੱਟ ਕਰ ਦਿੰਦੇ ਹਾਂ। ਇਹਦੇ ਉੱਤੇ ਲਿਖਿਆ ਵੀ ਪਹਿਲਾਂ ਤਵੇ ਨੂੰ ਪੂਰਾ ਗਰਮ ਕਰ ਲਓ, ਫਿਰ ਮੀਡੀਅਮ ਦੇ ਉੱਤੇ ਸੈੱਟ ਕਰ ਲਓ। ਜਾਣੂ ਆਪਾਂ ਪਲੇਟਾਂ ਪਲੂਟਾਂ ਕੱਢ ਲਈਏ, ਜਿਹਦੇ ਉੱਤੇ ਪੈਨਕੇਕ ਰੱਖਾਂਗੇ। ਥੋੜ੍ਹਾ ਜਿਹਾ ਆਪਾਂ ਇਹਦੇ ਉੱਤੇ ਬਟਰ ਪਾ ਲੈਂਦੇ ਹਾਂ। ਬਟਰ ਜ਼ਿਆਦਾ ਥੋੜ੍ਹਾ ਹੀ ਲੱਗ ਰਿਹਾ, ਬਹੁਤ ਪਾ ਮੰਡਿਆ। ਉਹ ਨਹੀਂ ਮੱਗ ਜਾਣਾ ਇਹਨੇ, ਮਿੰਟ 'ਚ ਮੱਗ ਜਾਣਾ। ਕੁੱਕ ਵੀ ਨਵਾਂ ਵਾ ਨਾ, ਵੀ ਧਿਆਨ ਨਾਲ ਵੀ ਸ਼ੈੱਫ ਕੁੱਕ ਨਹੀਂ, ਮਾਸਟਰ ਸ਼ੈੱਫ ਨਾ। ਮਾਸਟਰ ਸ਼ੈੱਫ ਕਿਚਨ ਨਾਈਟਮੇਅਰਸ, ਜੇ ਗੋਰਡਨ ਰੈਮਸੀ ਹੁੰਦਾ ਉਰੇ ਕਿਤੇ ਵਾਲੀਆਂ ਗੱਲਾਂ ਕੱਢਣੀਆਂ ਸੀ। ਗੋਰਡਨ ਰੈਮਸੀ ਦੀ ਵੀ ਆਪਾਂ ਹੀ ਪੂਰੀਆਂ ਗੱਲਾਂ ਕੱਢਣੀਆਂ ਸੀ, ਆਪਾਂ ਕਿਹੜਾ ਦੱਸਦੇ ਹਾਂ। ਚੰਗੀ ਤਰ੍ਹਾਂ ਤੁਸੀਂ ਪੈਨ ਨੂੰ ਗਰੀਸ ਕਰ ਲੈਣਾ। ਪਰ ਇੰਨਾ ਤਾਂ ਆਪਾਂ ਫਲਾਉਣਾ ਵੀ ਨਹੀਂ ਜਦੋਂ। ਆਹੋ ਇੰਨਾ ਤਾਂ ਫਲਾਉਣਾ ਵੀ ਨਹੀਂ ਜਦੋਂ ਤੁਹਾਡੇ ਦਾ ਲੈ ਜਾਣਾ। ਕੋਈ ਨਹੀਂ, ਲਾ 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 ਲਾ, ਵਾਹ ਨਹੀਂ ਕਰਨੀ ਹੈ ਸ਼ੇਰਾ। ਬਹੁਤ ਘੱਟ ਪਤਾ ਆਪਾਂ ਨੂੰ। ਲਓ ਜੀ ਤਵਾ ਪਕਣਾ ਸ਼ੁਰੂ ਹੋ ਗਿਆ। ਘਰ ਵਾਲੀ ਘਰ ਵਾਲੀ ਨੂੰ ਕਹਿੰਦੀ ਆ ਰਵੀ, ਕਹਿੰਦੀ ਉੱਠੋ ਜੀ ਮੈਂ ਰੋਟੀ ਬਣਾਉਣ ਲੱਗੀ ਹਾਂ। ਕਹਿੰਦਾ ਉੱਠਣ ਨੂੰ ਵੀ ਆ, ਮੈਂ ਕਿਹੜਾ? ਕਹਿੰਦਾ ਤਵੇ 'ਤੇ ਸੁੱਤਾ ਪਿਆ। ਅਤੇ ਇੱਕ ਵਾਰੀ ਨਾ ਇੱਕ ਡਾਕਟਰ ਕੋਲ ਬੰਦਾ ਜਾਂਦਾ, ਅਤੇ ਅਮਲੀ ਹੁੰਦਾ ਵਾ, ਉਹ ਡਾਕਟਰ ਕਹਿੰਦਾ ਵੀ ਇਹ ਤੂੰ ਦਾਰੂ ਪੀਨਾ, ਕਸਰਤ ਵੀ ਕਰਨੀ ਪੈਣੀ ਆ। ਉਹ ਕਹਿੰਦਾ ਜੀ ਕਸਰਤ ਵੀ ਕਰਦਾ ਹੀ ਆ। ਕਹਿੰਦਾ ਮੈਂ ਕਹਿੰਦਾ ਠੇਕੇ ਤੱਕ ਤੁਰ ਕੇ ਜਾਂਦਾ, 7 ਮਿੰਟ ਤੋਂ ਬਾਅਦ ਠੀਕ ਆ। ਲਓ ਜੀ ਪਹਿਲਾਂ ਆਪਾਂ ਪੈਨ ਕੇਕ ਤੜਕੇ 'ਚ ਦੇਖਦੇ ਹਾਂ, ਕਾਲੀ ਟਿੱਡਾ ਵੀ ਕਿਵੇਂ ਜਿਹੇ ਬਣਦਾ। ਹਾਲੇ ਵੀ ਉਹ ਲੱਗਦਾ ਹੈ ਨਾ, ਥਿੱਕ ਲੱਗਦਾ ਨਾ ਥੋੜਾ ਜਿਹਾ। ਹਾਂ ਥਿੱਕ ਲੱਗਦਾ, ਅੰਦਰ ਚ ਪਾਣੀ ਪਾ ਕੇ ਦੇਖ ਲਾਂਗੇ। ਥਿੱਕ ਹੈ ਇਹ ਤਾਂ, ਬਹੁਤ ਥਿੱਕ ਆ, ਬਾਕੀ ਪਤਾ ਨਹੀਂ। ਥੋੜਾ ਜਿਹਾ ਕਰ ਲਈਏ ਇਹਨੂੰ, ਫਲਾ ਦੇ। ਬਸ ਉਹ ਬਸ ਸ਼ੇਰਾ, ਬਸ ਇਹਨੂੰ ਫਲਾ ਦੇ ਹੁਣ। ਚਮਚੇ ਨਾਲ ਫੈਲਦਾ ਆਪਣੇ ਆਪ ਹੀ ਹੁੰਦਾ, ਉਹਨੂੰ ਕਰਨਾ ਸੀਗਾ। ਆਲੂ ਟਿੱਕੀ ਬਣ ਗਈ ਜੀ ਆਪਣੀ ਪਹਿਲੀ ਕੇਕ ਦੀ।
मीडियम धीमी आंच पर इसे पकाते रहे जब तक कि आपको लगे ना कि ये पक गया है। लो देखिए बन गया। नॉट बैड भी मोटा बने ना थोड़ी देर ज्यादा पकाना पैना अगला पतला बनावा कोई नहीं पहला ना भी बढ़िया नहीं बनता हूं ये रोटी भी पहली थोड़ी माड़ी बन दी ना पहला जवाक भी अंगल पहला जवाक सारी हला हला बस करा कमा कमा के ना आप ज्यादा पतला बना के देखते एक्सपेरिमेंट ਪਹਿਲਾਂ ਟੇਸਟ ਵੀ ਕਰਕੇ ਦੇਖੀਏ ਕਿਵੇਂ ਦਾ ਬਣਿਆ ਇਕੱਠੀ ਖਾਵਾਂਗੇ ਵੀ ਲੋਈ ਆਪਾਂ ਹੁਣ ਦੂਜਾ ਪੈਨ ਕੇਕ ਬਣਾ ਕੇ ਦੇਖਦੇ ਹਾਂ ਇਹ ਨਵੇਂ ਸਟਾਈਲ ਦਾ ਪੈਨ ਕੇਕ ਇਹ ਨਾਨ ਬਣਾਤਾ ਛੋਟਾ ਨਾ ਇਹ ਵੈਸੇ ਹੁਣ ਕੰਸਿਸਟੈਂਸੀ ਫਿਰ ਵੀ ਠੀਕ ਆ ਨਾ ਲੋਈ ਹੁਣ ਪਲਟਾ ਕੇ ਦੇਖਦੇ ਹਾਂ ਵੀ ਇੱਕ ਹਲੇ ਪੱਤ ਓ ਵਾਹ ਆਹ ਦੂਜਾ ਸੋਹਣਾ ਬਣਿਆ ਕਿੰਨਾ ਘੈਂਟ ਲੱਗਦਾ ਰਵੀ ਆਹ ਤਾਂ ਘੈਂਟ ਬਣਿਆ ਬਸ ਆਪਾਂ ਮਚਾਨ ਉਹ ਯਾਰ ਬੜਾ ਸੋਹਣਾ ਬਣਿਆ ਤਾਂ ਨਾਲ ਇਹ ਵਧੀਆ ਬਣਿਆ ਸ਼ੇਪ ਵਾਲੇ ਲਿਆਉਣੇ ਸੀ ਆਪਾਂ ਉਹਦੇ ਵਿੱਚ ਬਣਾ ਕੇ ਬਾਲਾ ਘੈਂਟ ਬਣਨਾ ਸੀਗਾ ਜਿਹੜੇ ਕੁੱਕੀ ਕੱਟ ਰਹੇ ਹੁੰਦੇ ਨੇ ਹੁਣ ਬਾਲਾ ਸੁਣੋ ਕੋਈ ਸਟਾਰ ਵਾਲਾ ਬਣਾਉਂਦੇ ਕੋਈ ਐਂ ਬਣਾਉਂਦੇ ਨਾਲ ਉਹਦੇ ਵਿੱਚ ਈਵਨਲੀ ਸਪਰੈਡ ਵੀ ਹੋਣਾ ਸੀਗਾ ਕਿਉਂਕਿ ਇੱਕ ਉਹਦੇ ਫਾਰਮ ਜੀ ਬਣ ਜਾਣੀ ਸੀਗੀ ਇਹ ਹੋ ਗਏ ਮੇਰੇ ਤੋਂ ਛੋਟੇ ਛੋਟੇ ਸ਼ਰਨ ਨਾਲ ਆਪਾਂ ਸ਼ਾਇਦ ਪ੍ਰੋਬਬਲੀ ਇਦੋਂ ਅਗਲਾ ਇਹ ਤੋਂ ਵੀ ਵਧੀਆ ਬਣਾਉਂਦੇ ਸ਼ਰਨ ਵੀ ਇੱਕ ਬਣਾ ਕੇ ਦੇਖ ਲੈਂਦੀ ਆ ਹੁਣ ਤਾਂ ਆਪਾਂ ਐਕਸਪੀਰੀਅੰਸ ਹੋ ਗਿਆ ਆਪਾਂ ਨੂੰ ਆਪਾਂ ਦੱਸ ਦਾਂਗੇ ਵੀ ਕਿਵੇਂ ਬਣਾਉਣਾ ਦੋ ਹੋ ਗਏ ਆਪਣੇ ਰੈਡੀ ਹੁਣ ਚੱਲੂਗਾ ਤੀਜਾ ਇਹ ਸ਼ਰਨ ਨੂੰ ਦਵਾਂਗੇ ਹੋਪਫੁਲੀ ਵਧੀਆ ਬਣੇ ਸਭ ਤੋਂ ਵਧੀਆ ਬਣੂਗਾ ਆਖਰੀ ਵਾਲਾ ਹੁਣ ਥੋੜਾ ਹਿਸਾਬ ਜਿਹਾ ਵੀ ਆ ਗਿਆ ਆਈਡੀਆ ਜਿਹਾ ਆ ਗਿਆ ਥੋੜਾ ਜਿਹਾ जमी नेड़े करके पा देना जे अपने ज्यादा उच्चा पाइए फिर मैं लगता वधिया फैलूगा आ तो फिर सोना बन गया पूरा गोल मटोल जा हो गया असल जिदा के बंदे ने खाना पैनकेक उदा का बनता देर आए मगर दुरुस्त आए देखो जी अपना तीजा पैनकेक एन सोहनी फॉर्म के बनया फिर आपको पता लगे भी पहले आप जी कंसिस्टेंसी सी लिक्विड की वो थोड़ी थिक रख ली सी उन्होंने थोड़ा थिन करना क्योंकि साढ़े को कप नहीं सी एग्जैक्टली मैजर करने लिए भी पानी कि पाना वा सो जिमें देख सकते हो पैनकेक वधिया फॉर्म के बस आप पलटाने थोड़ी देर के जो किसी ने ब्रैम्पटन के लिए शादी के प्रोग्राम करने तो कंटैक्ट करो माल कदम मुंडा नहीं मजाक करते हैं वैसे बना लिया उसी कप ਲਗੇ
बंदा चाहिए कट्टिया ने किसी ने कमाल ही करते कल टिकटॉक से बाई सी नॉर्मल सीधी जी वीडियो सी सरदार मुंडा दी कहता साड़ी छोटी गड्डी मजाक देख के मजाक करने वाली रब तेन गड्डी चढ़ दे हाले तो बनाना वगैरा नहीं आप तो अभी परीक्षण का वक्त आ गया है निरीक्षण करेंगे सबसे पहले महतर्मा शरणप्रीत कौर जिमें ब्याह एक दूजे स्वाद ना बने प्रोटीन भी है स्वाद भी हो गई यार तो पाया पैनकेक किवें लगे पाला पाला ज्यादा सुन सुन डिलीशियस ਸਿਰਪ ਜਾਂ ਨਹੀਂ ਬਚਦਾ ਹੁਣ ਚੌਲਾਂ ਦਾ ਬਾਰਬੀਕਿਊ ਕਰਕੇ ਚੌਲ ਫੋਰਕ ਨਾਈਫ ਨਾਲ ਖਾ ਲਾ ਗਿਰਤਾ ਹਾਏ ਹਾਏ ਮੈਂ ਇੰਨੀ ਔਖੀ ਸਫਾਈ ਕੀਤੀ ਸੀ ਪਾਤਾ ਗੰਦ ਫੇਰ ਓ ਮਾਈ ਗੋਡ तीन घंटे ला के मैं सफाई की सारी रग गंदी करती बेबी रेकमेंड करते बड़ा स्वाद हुंदे दा स्वाद नहीं मैंने स्वाद तो चीजा बाकी अपने काम कार भी करने बाकी पहली बार पैनकेक बना के देखे थे उम्मीद तो बहुत वधिया बने क्योंकि इन्हों तो आपका फ्लेवर तो होंगे नहीं गया प्रोटीन वाले थे पर जो अपना उपर चाह चीज़ा पै गई आइसक्रीम पै गई सारी चीज़ा ने इन इन्ना स्वाद बनाता तुम्हें पता इन पैनकेक क्यों कहते हैं मैनू पता क्यों कहते हैं एक भैन अपने भाई लिए रोज केक बना होंगी सी उन्होंने कहता हूँ जी पैनकेक आगे पैनकेक बन गए नहीं तू स्टोरी अद्धी सुनाई है ओ पैन अपने भाई दे पैन तो पहला पैन दे विच पैनकेक बना दी होंदी सी तां करके दा नाम पैनकेक पिया चंगा जी हुण असीं अपना बाकी रहिंदा खुंदा पैनकेक इंजॉय करदे आ लंगर वाली पोजीशन लै ली बहुत वधिया मैं कंफर्टेबल होके खाना चाहुंदी आ थैंक यू सो मच जी बहुत वधिया बनाया इन्हां ने घंट घंट आनी नोटिफिकेशन टर्न ऑन कर लो बाय लव यू गाइज़।